ਆਨੰਦ ਮਾਰਿਆ ਹੋ ਟੀਮ ਪੰਜਾਬੀ ਦੇ। ਮੇਰੇ ਨਾਲ ਖੜੇ ਨੇ ਪ੍ਰੀਤ ਖੰਡੇਵਾਲਾ, ਪ੍ਰੀਤ ਖੰਡੇਵਾਲਾ ਮਲੇਸ਼ੀਆ ਫੈਡਰੇਸ਼ਨ ਦੇ ਨੁਮਾਇੰਦੇ ਨੇ ਔਰ ਸਪੈਸ਼ਲ ਇਸ ਟੂਰਨਾਮੈਂਟ ਤੇ ਪਹੁੰਚੇ ਨੇ। ਅੱਜ ਆਓ ਕਰਦੇ ਆ ਉਹਨਾਂ ਦਾ ਸਵਾਗਤ। ਪ੍ਰੀਤ ਜੀ ਤੁਹਾਡਾ ਸਵਾਗਤ ਹੈ ਟੀਮ ਪੰਜਾਬੀ ਤੇ। ਪਹਿਲਾਂ ਤਾਂ ਟੀਮ ਪੰਜਾਬੀ ਔਰ ਲੱਕੀ ਕੁਰਾਲੀ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਇਸ ਟੂਰਨਾਮੈਂਟ ਨੂੰ ਲਾਈਵ ਕਰਨ ਆਏ ਹੋ। ਔਰ ਦੂਸਰੇ ਅਸੀਂ ਇੱਥੇ ਆਏ ਹਾਂ ਸਿਰਫ ਕਾਕਾ ਸ਼ੇਖ ਦੌਲਤ ਦੇ ਸੱਦੇ ਤੇ ਇੱਥੇ ਪਹੁੰਚੇ ਹਾਂ ਜੀ। ਜੇ ਉਹਨਾਂ ਨੇ ਬਿਕੋਜ਼ ਸਾਡੇ ਲਈ ਉਹ ਉੱਥੇ ਜਾਂਦੇ ਨੇ ਤਕਰੀਬਨ 2012 ਤੋਂ ਸਾਡੇ ਕੋਲ ਜਾ ਰਿਹਾ, ਲਗਭਗ ਹਰ ਸਾਲ ਹੀ ਉਹ ਜਾਂਦਾ, ਉਹ ਟੀਮ ਬਣਾ ਕੇ ਲੈ ਕੇ ਆਉਂਦਾ, ਸਾਡੇ ਲਈ ਟੀਮ ਬਣਾ ਕੇ ਲੈ ਗਿਆ ਬਹੁਤ ਵਾਰ। ਉਹਦੇ ਇਹ ਪਿਆਰ ਦੇ ਸੱਦੇ ਕਰਕੇ ਅਸੀਂ ਸਪੈਸ਼ਲ ਇੱਥੇ ਆਏ ਹਾਂ। ਅੱਛਾ ਭਾਜੀ, ਜਦੋਂ ਤੁਸੀਂ ਪਿੰਡ ਦੇ ਮੈਚਾਂ 'ਚ ਆਉਂਦੇ ਹੋ, ਮਲੇਸ਼ੀਆ ਵੀ ਤੁਸੀਂ ਕਬੱਡੀ ਕਰਾਉਂਦੇ ਰਹਿੰਦੇ ਹੋ, ਇੱਥੋਂ ਪਲੇਅਰ ਚੁਣ ਕੇ ਲਿਜਾਂਦੇ ਹੋ, ਕਿਵੇਂ ਚੋਣ ਕਰਦੇ ਹੋ ਪਲੇਅਰ ਦੀ? ਤੁਸੀਂ ਪਿੰਡ ਪਿੰਡ ਜਾ ਕੇ ਮੈਚ ਦੇਖਦੇ ਹੋ ਜਾਂ ਫੈਡਰੇਸ਼ਨ ਦੇ ਮੈਚ ਵੀ ਦੇਖਦੇ ਰਹਿੰਦੇ ਹੋ? ਅਸੀਂ ਜ਼ਿਆਦਾਤਰ ਕੋਸ਼ਿਸ਼ ਆ, ਐਤਕੀ ਵੀ ਸਾਡੀ ਇਹੀ ਹੈ ਜੀ ਅਤੇ ਪਹਿਲਾਂ ਵੀ ਹੁੰਦੀ ਹੈ ਵੀ ਜਿਹੜਾ ਅਸੀਂ ਨਵੇਂ ਪਲੇਅਰ ਚੱਕੀਏ, ਔਰ ਜ਼ਿਆਦਾਤਰ ਅਸੀਂ ਪਿੰਡਾਂ ਦੇ ਮੈਚ ਵੀ ਦੇਖਦੇ ਹਾਂ ਔਰ ਫੈਡਰੇਸ਼ਨਾਂ ਦੇ ਵੀ ਦੇਖਦੇ ਹਾਂ। ਬਾਕੀ ਕੁਝ ਸਾਡਾ ਸਰਕਲ ਆ ਜਿਹੜਾ ਕੋਈ ਸਾਨੂੰ ਦੱਸਦਾ ਵੀ ਬਾਈ ਜੀ ਆਹ ਪਲੇਅਰ ਆ ਔਰ ਆਪਾਂ ਆਹ ਪਲੇਅਰ ਦੇਖੀਏ, ਅਸੀਂ ਉਹਦੀ ਇਕੱਲੀ ਵੀਡੀਓ ਨਹੀਂ ਦੇਖਦੇ ਯੂਟਿਊਬ ਤੋਂ ਜਾ ਕੇ, ਅਸੀਂ ਉਹਦਾ ਜੋ ਲਾਈਵ ਕੋਈ ਵੀ ਚੱਲ ਰਿਹਾ ਹੈਗਾ ਅਸੀਂ ਉਹਦਾ ਲਿੰਕ ਕੱਢ ਕੇ ਉਹਦੇ ਪੂਰਾ ਮੈਚ ਦੇਖਦੇ ਹਾਂ, ਪੂਰੇ ਮੈਚ ਦੇ ਵਿੱਚ ਕੀ ਟੱਚ ਕਰ ਰਿਹਾ, ਕੀ ਸਟੌਪ ਕਰ ਰਿਹਾ, ਕੀ ਕਰ ਰਿਹਾ, ਬਿਕੋਜ਼ ਉਹ ਲਾਈਵ ਜਿਹੜਾ ਉਹਨਾਂ ਨੇ ਯੂਟਿਊਬ ਤੋਂ ਚੱਕਣੀਆਂ ਉਹ ਤਾਂ ਉਹਨਾਂ ਨੇ ਪੂਰੀਆਂ ਆਪਣੀਆਂ ਸ਼ਾਰਟ ਕੱਢ ਕੇ ਪਾ ਦੇਣੀਆਂ, ਉਹ 'ਚ ਨਹੀਂ ਕੈਚ ਹੁੰਦਾ, ਉਹ ਪੂਰੇ ਮੈਚ ਦੇ ਵਿੱਚ ਕੀ ਕਰ ਰਿਹਾ, ਉਹਦਾ ਕੀ ਐਕਸ਼ਨ ਆ, ਕੀ ਉਹਦਾ ਵੀਕ ਪੁਆਇੰਟ ਆ, ਉਹ ਦੇਖ ਕੇ ਫਿਰ ਅਸੀਂ ਪਲੇਅਰ ਨੂੰ ਚੂਜ਼ ਕਰਦੇ ਹਾਂ। ਬਹੁਤ ਵਧੀਆ ਗੱਲ ਤੁਸੀਂ ਦੱਸੀ ਆ, ਦਰਸ਼ਕ ਵੀ ਇਸ ਗੱਲ ਤੇ ਤੁਹਾਡੇ ਨਾਲ ਸਹਿਮਤ ਹੋਣਗੇ, ਕਿਉਂਕਿ ਜਿੰਨਾ ਚਿਰ ਤੁਹਾਨੂੰ ਪਲੇਅਰ ਦੇ ਲਾਗੇ ਜਾ ਕੇ ਤੁਸੀਂ ਉਹਨੂੰ ਦੇਖਦੇ ਨਹੀਂ ਲਾਈਵ ਅੱਖਾਂ ਨਾਲ, ਉਹਨਾਂ ਚਿਰ ਵਾਕਈ ਪਲੇਅਰ ਦੀ ਚੋਣ ਕਰਨੀ ਬੜੀ ਟਫ ਹੋ ਜਾਂਦੀ ਹੈ। ਅੱਛਾ, ਅੱਜ ਦੇ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸ਼ੇਖ ਦੌਲਤ ਦੇ ਵਿੱਚ ਠਾਠਾ ਮਾਰਦਾ ਇਕੱਠ, ਕਾਕੇ ਭਾਜੀ ਹੋਣੀ ਵਧਾਈ ਦੇ ਹੱਕਦਾਰ ਨੇ, ਅੱਜ ਦੇ ਟੂਰਨਾਮੈਂਟ ਮੈਚ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ? ਬਾਈ ਜੀ ਬਹੁਤ ਵਧੀਆ ਲੱਗ ਰਿਹਾ, ਇੰਨਾ ਠਾਠਾ ਮਾਰਦਾ ਇਕੱਠ ਆ ਇੱਥੇ ਔਰ ਸਾਰੇ ਨਵੇਂ ਪਲੇਅਰ ਆਏ ਨੇ ਜਿਹੜੀ ਸਭ ਤੋਂ ਵੱਡੀ ਗੱਲ ਆ, ਸਾਰੇ ਨਵੇਂ ਪਲੇਅਰਾਂ ਵਿੱਚ ਕੁਝ ਪੁਰਾਣੇ ਵੀ ਆ, ਬਟ ਕਾਕੇ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਨਵੇਂ ਪਲੇਅਰਾਂ ਨੂੰ ਬੁਲਾ ਕੇ, ਇਹ ਇੰਨੇ ਸਟੌਪ ਦੇ ਮੇਰੇ ਖਿਆਲ ਸਾਡੇ ਮਾਝੇ ਮਾਲਵੇ ਦੇ ਮੁੰਡੇ ਦੁਆਬੇ ਦੇ ਮੁੰਡੇ ਸਾਰੇ ਮਿਕਸ ਆਏ ਨੇ ਇੱਥੇ, ਕੁਝ ਤਕਰੀਬਨ ਇਹਨਾਂ ਦੀਆਂ ਟੀਮਾਂ ਸੀਗੀਆਂ 32 ਪਰ ਟੋਟਲ ਮੇਰੇ ਖਿਆਲ 45 ਟੀਮਾਂ ਆ ਗਈਆਂ, ਇੰਨਾ ਵਧੀਆ ਅਰੇਂਜਮੈਂਟ ਆ ਇਹਨਾਂ ਦਾ ਔਰ ਮੈਂ ਧੰਨਵਾਦ ਹਾਂ ਔਰ ਉਸਨੂੰ ਸ਼ਾਬਾਸ਼ ਦੇਣਾ ਕਾਕੇ ਨੂੰ, ਉਹਨੂੰ ਸ਼ਾਬਾਸ਼ ਦਿੰਦਾ ਵੀ ਉਹਨੇ ਐਡਾ ਵਧੀਆ ਅਰੇਂਜਮੈਂਟ ਕਰਕੇ ਇੰਨੇ ਪਲੇਅਰਾਂ ਨੂੰ ਉਹਨਾਂ ਨੇ ਸਾਂਭਿਆ ਔਰ ਸਾਰੇ ਦਰਸ਼ਕਾਂ ਨੂੰ ਪੂਰਾ ਪੂਰਾ ਮੇਲੇ ਵਰਗਾ ਮੇਲਾ ਬਣਾਇਆ ਹੋਇਆ, ਮੈਂ ਧੰਨਵਾਦੀ ਉਹਦਾ ਔਰ ਉਹਦੀ ਜਿਹੜੀ ਪੂਰੀ ਫੈਡਰੇਸ਼ਨ ਦਾ ਜਿਹੜਾ ਉਹਦੇ ਨਾਲ ਕਲੱਬ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਐਡਾ ਸੋਹਣਾ ਅਰੇਂਜਮੈਂਟ ਕੀਤਾ, ਜੋ ਪਤਵੰਤ ਸੱਜਣ ਆਏ ਆ ਅਸੀਂ ਵੀ ਉਹਨਾਂ ਦੇ ਸੱਦੇ 'ਤੇ ਆਏ ਹਾਂ, ਕਾਕਾ ਸ਼ੇਖ ਦੌਲਤ ਦੇ ਸੱਦੇ 'ਤੇ ਅਸੀਂ ਆਏ ਹਾਂ, ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਕਹਿੰਦਾ ਬਾਈ ਜੀ ਪਹੁੰਚਣਾ ਜ਼ਰੂਰ ਟੂਰਨਾਮੈਂਟ ਦੇ, ਮੇਰੀ ਵਾਪਸੀ ਸੀਗੀ, ਮੇਰੀ ਵਾਪਸੀ ਸੀ 15 ਤਰੀਕ ਦੀ, ਬਟ ਮੈਂ ਸਿਰਫ ਉਹਨੇ ਕਿਹਾ ਸੀਗਾ ਬਾਈ ਜੀ ਰੁਕਣਾ ਆਪਾਂ, ਉਹਨਾਂ ਕਰਕੇ ਇਹ ਰੁਕੇ ਹਾਂ ਜੀ ਔਰ ਇੱਥੇ ਆਏ ਹਾਂ। ਬਹੁਤ ਵਧੀਆ ਗੱਲ ਆ ਪ੍ਰੀਤ ਭਾਜੀ। ਅੱਛਾ ਭਾਜੀ, ਵਰਲਡ ਦੀਆਂ ਫੈਡਰੇਸ਼ਨਾਂ ਜਿਹੜੀਆਂ ਅਹਿਮ ਫੈਡਰੇਸ਼ਨਸ ਜਿੱਥੇ ਜ਼ਿਆਦਾ ਮੈਚ ਹੁੰਦੇ ਆ ਵੱਡੇ, ਉਹ ਸਾਰੀਆਂ ਫੈਡਰੇਸ਼ਨਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਇੰਕਲੂਡਡ ਤੁਹਾਡੀ ਵੀ, ਸਾਰੇ ਵਰਲਡ ਦੇ ਵਿੱਚ ਜਿਹੜੀਆਂ ਫੈਡਰੇਸ਼ਨਸ ਨੇ ਕਬੱਡੀ ਨਾਲ ਜੁੜੀਆਂ ਹੋਈਆਂ, ਉਹਨਾਂ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਜਿਹੜੇ ਡੂਪ ਟੈਸਟ ਹੋਣਗੇ ਔਰ 20 ਤਰੀਕ ਤੋਂ ਬਾਅਦ ਡਰੱਗ ਟੈਸਟ, ਜਿਹੜੇ ਟਾਈਮ 'ਤੇ ਕੋਈ ਚੀਜ਼ ਖਾਂਦੇ ਆ ਪਲੇਅਰ, ਕੁਝ ਇੱਕ ਪਲੇਅਰ, ਉਹਨਾਂ ਨੂੰ ਬੈਨ ਕੀਤਾ ਜਾਊਗਾ। ਤੁਹਾਨੂੰ ਕੀ ਲੱਗਦਾ ਇਹ ਹੋਣੇ ਚਾਹੀਦੇ ਸੀਗੇ ਟੈਸਟ ਸਾਰੇ? ਬਾਈ ਜੀ ਅੱਜ ਤੋਂ ਕੋਈ 4 ਸਾਲ ਪਹਿਲਾਂ ਇੰਡੀਆ ਦੂਰਦਰਸ਼ਨ ਵਾਲੇ ਆਏ ਸੀਗੇ, ਅਸੀਂ ਉਦੋਂ ਵੀ ਇੱਕ ਇੰਟਰਵਿਊ ਕੀਤੀ ਸੀਗੀ, ਉਹਨਾਂ ਨੇ ਸਾਡੀ ਇੰਟਰਵਿਊ ਲਈ ਸੀ ਤੇ ਆਪਾਂ ਉਦੋਂ ਵੀ ਕਿਹਾ ਸੀ ਔਰ ਅੱਜ ਵੀ ਕਹਿੰਦੇ ਆ। ਮੈਂ ਸਭ ਤੋਂ ਵੱਧ ਧੰਨਵਾਦ ਲੱਕੀ ਕੁਰਾਲੀ ਜੀ ਤੁਹਾਡਾ ਕਰਦਾ ਔਰ ਟੀਮ ਪੰਜਾਬੀ ਦਾ ਕਰਦਾ, ਜੋ ਟੀਮ ਪੰਜਾਬੀ ਨੇ ਦੇਸ਼ ਦੇਸ਼ ਜਾ ਕੇ ਹਰ ਇੱਕ ਫੈਡਰੇਸ਼ਨ ਨੂੰ ਮਿਲ ਕੇ ਉਹਨਾਂ ਨੂੰ ਇੱਕ ਜਗ੍ਹਾ ਇੱਕ ਮੰਚ ਦੇ ਇੱਕ ਛੱਤ ਦੇ ਥੱਲੇ ਇਕੱਠੇ ਕਰਕੇ ਇਹ ਜਿਹੜਾ ਤੁਸੀਂ ਉਪਰਾਲਾ ਕੀਤਾ ਨਾ, ਮੈਂ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ। ਉਸ ਤੋਂ ਬਾਅਦ ਰਹੀ ਸਾਡੀ ਗੱਲ, ਅਸੀਂ ਤਾਂ ਬੜੇ ਚਿਰ ਦਾ ਕਹਿੰਦੇ ਹਾਂ ਜੀ ਵੀ ਇਹ ਡੋਪ ਟੈਸਟ ਖਤਮ ਹੋਣੇ ਚਾਹੀਦੇ ਆ, ਬਿਕੋਜ਼ ਕਬੱਡੀ ਔਰ ਕਬੱਡੀਅਤ ਇਹ ਜੇ ਸਾਡੇ ਬੱਚੇ ਆ ਜਾਂ ਸਾਡੇ ਭਰਾ, ਸਾਡੇ ਛੋਟੇ ਵੱਡੇ ਭਰਾ ਜੋ ਖੇਡ ਰਹੇ ਨੇ, ਅਸੀਂ ਇਹਨਾਂ ਨੂੰ ਜੇ ਲੰਮੇ ਸਮੇਂ ਤੱਕ ਦੇਖਣਾ ਤਾਂ ਡਰੱਗਸ ਨੂੰ ਖਤਮ ਕਰਨਾ ਪਊਗਾ। ਤੁਸੀਂ ਵੀ ਕਬੱਡੀ ਦੇਖੀ ਆ, ਤੁਸੀਂ ਖੇਡੀ ਆ, ਤੁਸੀਂ ਵੀ ਜਾਣਦੇ ਹੋ ਕਬੱਡੀ ਪਲੇਅਰ ਜਿਹੜਾ ਇਸ ਟਾਈਮ ਡਰੱਗਸ ਦੇ ਵਿੱਚ ਪਿਆ ਹੋਇਆ ਗਾ ਉਹਦੀ ਕਿਸੇ ਦੀ ਵੀ 45 ਤੋਂ 50 ਸਾਲ ਉਮਰ ਨਹੀਂ ਜਾਏਗੀ। ਮੈਂ ਇਸ ਨਾਲ ਸਹਿਮਤ ਹਾਂ ਔਰ ਮੈਂ ਸਾਰੇ ਪਲੇਅਰਾਂ ਨੂੰ ਔਰ ਸਾਰੇ ਫੈਡਰੇਸ਼ਨ ਵਾਲਿਆਂ ਨੂੰ, ਇੱਥੋਂ ਦੇ ਫੈਡਰੇਸ਼ਨ ਵਾਲਿਆਂ ਨੂੰ, ਪੰਜਾਬ ਦੀਆਂ ਨੂੰ ਔਰ ਬਾਹਰ ਦੀਆਂ ਫੈਡਰੇਸ਼ਨ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸੇ ਚੀਜ਼ 'ਤੇ ਖੜੇ ਰਹਿਣ ਜੋ ਅਸੀਂ ਇਹ ਕਬੱਡੀ ਨੂੰ ਬਚਾਈਏ।
थैंक यू सो मच प्रीत जी, बहुत वधिया तुहाडे सुझा ने और कोशिश करूंगा मैं जो भी हूँ कोई मीटिंग अगे तो हुई फेडरेशन तो इनवॉल्व रखा जी बच्चे सो जिन्या भी वर्ल्ड फेडरेशन कट्ठिया हो सकती वो तुम भी अपना योगदान पाओ इस चीज़ के क्योंकि ये सारे सब कुछ कर सकते हैं तो थैंक यू साढ़े न गल करने भाजी पहला थोड़ा धन्यवाद फिर करते हैं भी तुम ये चीज़ का उपराला किया लक्की कुराली जी और टी पंजाबी ने यह सब तो व्डा उपराला किया बिकॉज यह सेहरा सगा जो कि तुम उपराला करके तुम अपने सिर आ गया थोड़े ये सेहरा तुम चुकया ये सेहरे चुकन की हिम्मत नहीं किसी को जो ये किया मैं दुआ करदा बाबा जी अगे भी तुम इस जो कदम पट्टिया ये पूरा चलो और सारे प्लेयर और सारे फेडरेशन वाले भी थोड़ा साथ देन ओके जी धन्यवाद सो मच भाजी थैंक यू सो मच धन्यवाद जी ये सन जी प्रीत खंडेवाला भाजी।